लेकिन कहाँ 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 आए कोई ना ले ला आप भी आ वाहेगुरु जी का खालसा वाहेगुरु जी की फतेह। ये वीर का नाम राकेश है जी। ਇਹਦੀ ਏਜ ਆ ਜਿਹੜੀ 35 ਸਾਲ ਦੇ ਆਸ ਪਾਸ ਆ 30-35 ਸਾਲ ਦੇ। ਸਾਡੇ ਕੋਲੇ 2016 ਦੇ ਐਂਡ ਦੇ ਵਿੱਚ ਇੱਕ ਜੀਂਦ ਹਰਿਆਣਾ ਜੀਂਦ ਜ਼ਿਲ੍ਹਾ ਵਾ ਉੱਥੋਂ ਇੱਕ ਵੀਰ ਛੱਡ ਕੇ ਗਿਆ ਸੀ। ਉਹਨੇ ਵੀਰ ਨੇ ਆ ਕੇ ਸਾਡੇ ਕੋਲੇ ਉਦੋਂ ਉੱਥੇ ਆਇਆ ਸਿੱਧਾ ਹੀ ਬਾਰਨਹਾੜੀ ਸੀ। ਅਸੀਂ ਕਹਿੰਦਾ ਬਾਈ ਸਾਡੇ ਖੇਤ ਦੇ ਵਿੱਚ ਪਿਆ ਸੀ 3-4 ਦਿਨਾਂ ਤੋਂ ਇਹ ਬੱਚਾ ਵੀਰ ਇਹ ਵੀ ਇਹਨੂੰ ਦੁਨੀਆਦਾਰੀ ਦੀ ਸੁਰਤ ਨਹੀਂ ਉੱਥੇ ਘੁੰਮੀਆਂ ਨੇ। ਪਹਿਲਾਂ ਤਾਂ ਮੈਨੂੰ ਲੱਗਿਆ ਵੀ ਕੋਈ ਨਸ਼ੇੜੀ ਆ। ਫਿਰ ਮੈਂ ਹਾਲਤ ਦੇਖੀ ਮਾੜੀ ਬਹੁਤ ਸੀ ਵੀ ਇਹ ਲੁਧਿਆਣੇ ਦਾ ਨਾਂ ਲੈਂਦਾ ਸੀ। ਅਸੀਂ ਇੱਥੇ ਲੈ ਆਇਆ ਮੈਂ ਤੁਹਾਡੇ ਕੋਲੇ। ਅਸੀਂ ਕਿਹਾ ਬਾਈ ਵੀ ਕੋਈ ਵੀਡੀਓ ਕੋਈ ਫੋਟੋ ਕਿੱਥੋਂ ਲੈ ਕੇ ਆਏ? ਉਹਨੇ ਕਹਿੰਦਾ ਮੈਂ ਕੁਛ ਨਹੀਂ ਬਣਾਇਆ। ਚਲੋ ਕਿਆ ਕਰ ਗਈ ਜਾਣੀ ਕਿ ਰਾਕੇਸ਼ ਦਾ ਪ੍ਰਸ਼ਾਦਾ ਛਕਾਉਣਾ ਵੀ ਸਾਡੇ ਟੀਮ ਦੇ ਵਲੰਟੀਅਰ ਵਾਸਤੇ ਕਾਫੀ ਡਿਫੀਕਲਟ ਆ, ਕਿਉਂਕਿ ਉਹਨੂੰ ਇਹ ਵੀ ਭੁੱਲ ਜਾਂਦਾ ਵੀ ਮੂੰਹ ਖੋਲ੍ਹਣਾ ਮੈਂ ਵੀ ਮੈਂ ਰੋਟੀ ਖਾਣੀ ਆ। ਇੱਕ ਇੱਕ ਘੰਟਾ ਡੇਢ ਡੇਢ ਘੰਟਾ ਸਿਰਫ ਪ੍ਰਸ਼ਾਦਾ ਛਕਾਉਣ ਨੂੰ ਲੱਗਦਾ। ਹੁਣ ਉਹ ਵੀਰ ਆਇਆ ਛੱਡ ਕੇ ਚਲਾ ਗਿਆ 2016 'ਚ। ਜਿਹੜਾ ਉਹ ਵੀਰ ਨੇ ਆਪਣਾ ਨੰਬਰ ਲਿਖਾਇਆ ਸੀਗਾ ਉਹ ਵੀ ਉਹਨੇ ਗਲਤ ਲਿਖਾਤਾ, ਉਹ ਲੱਗ ਹੀ ਨਹੀਂ ਰਿਹਾ ਨੰਬਰ ਮੁੜ ਕੇ। ਅਤੇ ਅੱਜ ਤੱਕ ਸਾਨੂੰ ਰਾਕੇਸ਼ ਦਾ ਪਤਾ ਨਹੀਂ ਲੱਗਿਆ ਕੌਣ ਆ। 100% ਮੈਂਟਲੀ ਡਿਸੇਬਲਡ ਆ। ਐਂ ਕਰੀ ਜਾਣਾ ਸਾਰਾ ਦਿਨ, ਐਂ ਬਾਹਰ ਗੇੜੇ ਦੇਈ ਜਾਣੇ ਆ, ਫੜ ਕੇ ਬਿਠਾਉਣਾ ਪੈਂਦਾ ਵਾਰ ਵਾਰ। ਪ੍ਰਸ਼ਾਦਾ ਛਕਾਉਣ ਮੌਕੇ ਵੀ ਬਹੁਤ ਯਾਨੀ ਕਿ ਮਿਹਨਤ ਕਰਨੀ ਪੈਂਦੀ ਆ, ਪਰ ਉਸ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਿਹੜੇ ਸਾਡੇ ਇੱਦਾਂ ਦੇ ਸੇਵਾਦਾਰ ਵੀਰ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਜੋੜਿਆ। ਵਲੰਟੀਅਰ ਵੀਰ ਜਿਹੜੇ ਤਨੋ ਮਨੋ ਸੇਵਾ ਕਰਦੇ ਨੇ, ਥਰਮੇ ਨਾਲ ਬੜੀ ਕਰੀਏ ਵੀ ਇੱਕ ਸਬਰ ਅਤੇ ਸੰਤੋਖ ਨਾਲ ਹੁੰਦੀ ਹੈ ਸੇਵਾ। ਪਰ ਸਾਡੀ ਇੱਕ ਬੇਨਤੀ ਹੈ ਤੁਹਾਨੂੰ, ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਰਾਕੇਸ਼ ਦਾ ਕੁਛ ਪਤਾ ਲੱਗ ਜਾਵੇ, ਕੁਛ ਨਹੀਂ ਪਤਾ ਲੱਗ ਰਿਹਾ ਵੀ ਇਹ ਕੌਣ ਆ ਵੀਰ। ਰਾਕੇਸ਼ ਵੀ ਇਹਨੇ ਨਾਂ ਦੱਸਿਆ ਸੀ ਉਦੋਂ ਸਾਨੂੰ, ਉਸ ਤੋਂ ਬਾਅਦ ਇਹਨੂੰ ਕੁਛ ਨਹੀਂ ਪਤਾ ਆਪਦਾ। ਤੁਸੀਂ ਵੀਡੀਓ ਵੀ ਦੇਖੀਆਂ ਪੁਰਾਣੀਆਂ, ਅਸੀਂ ਜੋੜੀਆਂ ਨਾਲ ਵੀਡੀਓ ਜਦੋਂ ਮਿਲਿਆ ਸੀ ਰਾਕੇਸ਼। ਅੱਜ ਤੱਕ ਰਾਕੇਸ਼ ਦਾ ਸਾਨੂੰ ਸਮਝ ਨਹੀਂ ਆਈ ਵੀ ਇਹ ਕਿੱਥੋਂ ਆਇਆ ਬੱਚਾ, ਕਿਵੇਂ ਆ ਵੀਰ ਇਹ। ਡਾਕਟਰ ਕਹਿੰਦੇ ਇਹਦਾ ਬ੍ਰੇਨ ਆ ਜਿਹੜਾ ਸੁੰਗੜ ਗਿਆ, ਸ਼ਰਿੰਕ ਕਰ ਗਿਆ। ਹੁਣ ਉਹ ਕਿਹਦੇ ਨਾਲ ਸੁੰਗੜਿਆ, ਕਾਹਤੋਂ ਸੁੰਗੜਿਆ, ਕਿੱਥੇ ਜੰਮਿਆ ਸੀ ਮਾਂ ਦਾ ਪੁੱਤ? ਜੇ ਇਹਦੇ ਮੂਹਰੇ ਪੰਜਾਬੀ ਦਾ ਕੋਈ ਅਖਬਾਰ ਕਰ ਦਈਏ ਉਹਦੇ ਵੀ ਲਫ਼ਜ਼ ਜੋੜ ਕੇ ਪੜ੍ਹਨ ਲੱਗ ਜਾਂਦਾ, ਜੇ ਇਹਦੇ ਕੋਲ ਇੰਗਲਿਸ਼ ਦਾ ਅਖਬਾਰ ਕਰ ਦਈਏ ਉਹ ਵੀ ਪੜ੍ਹਨ ਲੱਗ ਜਾਂਦਾ, ਵਿੱਚ ਸਪੈਲਿੰਗ ਜੋੜਨ ਲੱਗ ਜਾਂਦਾ। ਹਿੰਦੀ ਤਿੰਨੇ ਲੈਂਗੁਏਜ ਜਾਣਦਾ, ਜਾਣੀ ਕਿ ਮਤਲਬ ਪੜ੍ਹਿਆ ਲਿਖਿਆ ਵੀਰ ਆ ਇਹ। ਪਰ ਅੱਜ ਤੱਕ ਇਹਦੇ ਬਾਰੇ 'ਚ ਸਾਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ। ਅਤੇ ਤੁਸੀਂ ਜੇ ਸਾਡੀ ਇੰਨੀ ਕੁ ਮਦਦ ਕਰੋ ਇਸ ਵੀਰ ਦਾ ਘਰ ਲੱਭਣ ਦੇ ਲਈ, ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਰਾਕੇਸ਼ ਦੇ ਪਰਿਵਾਰ ਬਾਰੇ ਕੁਛ ਪਤਾ ਕਰ ਸਕੀਏ। ਸਾਡੀ ਬੇਨਤੀ ਹੱਥ ਬੰਨ ਕੇ ਇਹ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ, ਚੜ੍ਹਦੀ ਕਲਾ ਕਰਨ। ਪਰ ਰਾਕੇਸ਼ ਬਾਰੇ ਦੇਖ ਕੇ ਜਾਣ ਕੇ ਸਮਝ ਕੇ ਬੜਾ ਯਾਨੀ ਕਿ ਮਨ ਨੂੰ ਦੁੱਖ ਲੱਗਦਾ ਵੀ ਇਹ ਪਤਾ ਨਹੀਂ ਮਾਂ ਵਿਚਾਰੀ ਲੱਭਦੀ ਹੋਊ ਉਡੀਕਦੀ ਹੋਊ, ਪਤਾ ਨਹੀਂ ਕਿੱਥੋਂ ਵਿਛੜ ਗਿਆ, ਕਿਵੇਂ ਵਿਛੜ ਗਿਆ। ਬਸ ਸਾਡੀ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇਰਾ ਨਾਂ ਕੀ ਆ? ਨਾਂ ਕੀ ਆ ਤੇਰਾ? ਨਾਂ ਕੀ ਆ ਤੇਰਾ? ਨਾਂ ਕੀ ਆ ਤੇਰਾ? ਨਾਂ ਕੀ ਆ ਤੇਰਾ? ਕੀ ਨਾਮ ਆ ਤੇਰਾ? ਤੇਰਾ ਨਾਂ, ਤੇਰਾ ਨਾਂ, ਤੇਰਾ ਨਾਂ, ਤੇਰਾ ਨਾਂ, ਨਾਂ ਤੇਰਾ, ਤੇਰਾ ਨਾਂ। ਬਸ ਇੱਦਾਂ ਹੀ ਕਰੀ।